30 ਦਸੰਬਰ ਦਾ ਪ੍ਰੋਗਰਾਮ ਹੈ, ਇਹ ਬੰਦਾ ਇੱਥੇ ਲੰਗਰ ਛੱਕ ਕੇ ਗਿਆ, ਸਾਰੀ ਉਹਦਾ ਪਲੈਨਿੰਗ ਬਣਾ ਕੇ ਗਿਆ। ਵੱਡੀ ਖਬਰ ਆ ਰਹੀ ਹੈ, ਇੱਕ ਸ਼ਰਾਬੀ ਵਿਅਕਤੀ ਗੁਰਦੁਆਰਾ ਸਾਹਿਬ ਦੀ ਛੱਤ ਤੇ ਚੜ ਗਿਆ ਹੈ, ਜਿਸ ਨੂੰ ਸੰਗਤ ਦੇ ਵੱਲੋਂ ਕਾਬੂ ਕਰ ਲਿਆ ਗਿਆ ਤੇ ਜੰਮ ਕੇ ਛਿੱਤਰ ਪਰੇਡ ਕੀਤੀ ਗਈ ਹੈ। ਦੱਸ ਦਈਏ ਕਿ ਘਟਨਾ ਪਟਿਆਲਾ ਦੀ ਦੱਸੀ ਜਾ ਰਹੀ ਹੈ। ਪਟਿਆਲਾ ਦੇ ਤ੍ਰਿਪੜੀ ਇਲਾਕੇ ਦੇ ਪ੍ਰੀਤ ਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਸਥਿਤ ਹੈ, ਜਿੱਥੇ ਇੱਕ ਵਿਅਕਤੀ ਛੱਤ ਤੇ ਚੜ ਗਿਆ ਜਿਸ ਨੂੰ ਸੰਗਤ ਦੇ ਵੱਲੋਂ ਕਾਬੂ ਕੀਤਾ ਗਿਆ ਤੇ ਜਿਸ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਹ ਖੁਦ ਨੂੰ ਨੇਪਾਲ ਦਾ ਰਹਿਣ ਵਾਲਾ ਦੱਸ ਰਿਹਾ ਹੈ। ਤਾਂ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਉਸਦੀ ਕੁੱਟਮਾਰ ਵੀ ਕੀਤੀ ਗਈ ਤੇ ਉਸ ਤੋਂ ਪੁੱਛਿਆ ਗਿਆ ਕਿ ਆਖਿਰ ਉਹ ਗੁਰਦੁਆਰਾ ਸਾਹਿਬ ਦੀ ਛੱਤ ਤੇ ਸ਼ਰਾਬ ਪੀ ਕੇ ਕੀ ਕਰ ਰਿਹਾ ਸੀ। ਤਾਂ ਜਿਹੜੇ ਮੌਕੇ ਤੇ ਮੌਜੂਦ ਲੋਕ ਸੀ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ 31 ਦਸੰਬਰ ਵਾਲੇ ਦਿਨ ਗੁਰਦੁਆਰਾ ਸਾਹਿਬ ਦੇ ਵਿੱਚ ਆਇਆ ਸੀ, ਲੰਗਰ ਛੱਕ ਕੇ ਗਿਆ ਸੀ ਤੇ ਇਸਨੇ ਪੂਰੀ ਪਲੈਨਿੰਗ ਬਣਾਈ ਸੀ ਤੇ ਬੇਅਦਬੀ ਕਰਨ ਦਾ ਜਿਹੜਾ ਇਹ ਖਦਸ਼ਾ ਹੈ ਉਹ ਵੀ ਪ੍ਰਗਟਾਇਆ ਜਾ ਰਿਹਾ ਹੈ, ਪਰ ਹਾਲੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਟਿਆਲਾ ਦੇ ਤ੍ਰਿਪੜੀ ਇਲਾਕੇ ਦੀ ਇਹ ਘਟਨਾ ਹੈ ਪ੍ਰੀਤ ਨਗਰ ਦੀ, ਜਿੱਥੋਂ ਦਾ ਗੁਰਦੁਆਰਾ ਸਾਹਿਬ ਹੈ ਤੇ ਜਿਸ ਦੀ ਛੱਤ ਤੇ ਇਹ ਸ਼ਰਾਬੀ ਚੜ ਗਿਆ ਤੇ ਸ਼ਰਾਬੀ ਨੂੰ ਕਾਬੂ ਕਰ ਲਿਆ ਗਿਆ। ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਸਵਾਲ ਇਹ ਹੈ ਕਿ ਆਖਿਰ ਇਹ ਇੱਥੇ ਕੀ ਕਰ ਰਿਹਾ ਸੀ, ਸੰਗਤ ਇਹੀ ਪੁੱਛ ਰਹੀ ਹੈ ਇਸ ਨੂੰ ਕਿਸ ਨੇ ਭੇਜਿਆ ਹੈ, ਕੀ ਇਸ ਦੀ ਮੰਸ਼ਾ ਸੀ, ਪਰ ਇਸ ਨੂੰ ਸਮਾਂ ਰਹਿੰਦਿਆਂ ਕਾਬੂ ਕਰ ਲਿਆ ਗਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪਟਿਆਲਾ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਪਟਿਆਲਾ ਦੇ ਤ੍ਰਿਪੜੀ ਇਲਾਕੇ ਦੇ ਪ੍ਰੀਤ ਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਛੱਤ ਤੇ ਇੱਕ ਸ਼ਰਾਬੀ ਚੜ ਗਿਆ ਜਿਸ ਨੂੰ ਸੰਗਤ ਦੇ ਵੱਲੋਂ ਕਾਬੂ ਕਰ ਲਿਆ ਗਿਆ ਹੈ। ਤੀਹ ਦਸੰਬਰ ਦਾ ਪ੍ਰੋਗਰਾਮ ਹੈ, ਇਹ ਬੰਦਾ ਇੱਥੇ ਲੰਗਰ ਛੱਕ ਕੇ ਗਿਆ, ਸਾਰੀ ਉਹਦਾ ਪਲੈਨਿੰਗ ਬਣਾ ਕੇ ਗਿਆ। ਵੱਡੀ ਖਬਰ ਆ ਰਹੀ ਹੈ, ਇੱਕ ਸ਼ਰਾਬੀ ਵਿਅਕਤੀ ਗੁਰਦੁਆਰਾ ਸਾਹਿਬ ਦੀ ਛੱਤ ਤੇ ਚੜ ਗਿਆ ਹੈ, ਜਿਸ ਨੂੰ ਸੰਗਤ ਦੇ ਵੱਲੋਂ ਕਾਬੂ ਕਰ ਲਿਆ ਗਿਆ ਤੇ ਜੰਮ ਕੇ ਛਿੱਤਰ ਪਰੇਡ ਕੀਤੀ ਗਈ ਹੈ। ਦੱਸ ਦਈਏ ਕਿ ਘਟਨਾ ਪਟਿਆਲਾ ਦੀ ਦੱਸੀ ਜਾ ਰਹੀ ਹੈ। ਪਟਿਆਲਾ ਦੇ ਤ੍ਰਿਪੜੀ ਇਲਾਕੇ ਦੇ ਪ੍ਰੀਤ ਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਸਥਿਤ ਹੈ, ਜਿੱਥੇ ਇੱਕ ਵਿਅਕਤੀ ਛੱਤ ਤੇ ਚੜ ਗਿਆ ਜਿਸ ਨੂੰ ਸੰਗਤ ਦੇ ਵੱਲੋਂ ਕਾਬੂ ਕੀਤਾ ਗਿਆ ਤੇ ਜਿਸ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਹ ਖੁਦ ਨੂੰ ਨੇਪਾਲ ਦਾ ਰਹਿਣ ਵਾਲਾ ਦੱਸ ਰਿਹਾ ਹੈ। ਤਾਂ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਉਸਦੀ ਕੁੱਟਮਾਰ ਵੀ ਕੀਤੀ ਗਈ ਤੇ ਉਸ ਤੋਂ ਪੁੱਛਿਆ ਗਿਆ ਕਿ ਆਖਿਰ ਉਹ ਗੁਰਦੁਆਰਾ ਸਾਹਿਬ ਦੀ ਛੱਤ ਤੇ ਸ਼ਰਾਬ ਪੀ ਕੇ ਕੀ ਕਰ ਰਿਹਾ ਸੀ। ਤਾਂ ਜਿਹੜੇ ਮੌਕੇ ਤੇ ਮੌਜੂਦ ਲੋਕ ਸੀ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ 31 ਦਸੰਬਰ ਵਾਲੇ ਦਿਨ ਗੁਰਦੁਆਰਾ ਸਾਹਿਬ ਦੇ ਵਿੱਚ ਆਇਆ ਸੀ, ਲੰਗਰ ਛੱਕ ਕੇ ਗਿਆ ਸੀ ਤੇ ਇਸਨੇ ਪੂਰੀ ਪਲੈਨਿੰਗ ਬਣਾਈ ਸੀ ਤੇ ਬੇਅਦਬੀ ਕਰਨ ਦਾ ਜਿਹੜਾ ਇਹ ਖਦਸ਼ਾ ਹੈ ਉਹ ਵੀ ਪ੍ਰਗਟਾਇਆ ਜਾ ਰਿਹਾ ਹੈ, ਪਰ ਹਾਲੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਟਿਆਲਾ ਦੇ ਤ੍ਰਿਪੜੀ ਇਲਾਕੇ ਦੀ ਇਹ ਘਟਨਾ ਹੈ ਪ੍ਰੀਤ ਨਗਰ ਦੀ, ਜਿੱਥੋਂ ਦਾ ਗੁਰਦੁਆਰਾ ਸਾਹਿਬ ਹੈ ਤੇ ਜਿਸ ਦੀ ਛੱਤ ਤੇ ਇਹ ਸ਼ਰਾਬੀ ਚੜ ਗਿਆ ਤੇ ਸ਼ਰਾਬੀ ਨੂੰ ਕਾਬੂ ਕਰ ਲਿਆ ਗਿਆ। ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਸਵਾਲ ਇਹ ਹੈ ਕਿ ਆਖਿਰ ਇਹ ਇੱਥੇ ਕੀ ਕਰ ਰਿਹਾ ਸੀ, ਸੰਗਤ ਇਹੀ ਪੁੱਛ ਰਹੀ ਹੈ ਇਸ ਨੂੰ ਕਿਸ ਨੇ ਭੇਜਿਆ ਹੈ, ਕੀ ਇਸ ਦੀ ਮੰਸ਼ਾ ਸੀ, ਪਰ ਇਸ ਨੂੰ ਸਮਾਂ ਰਹਿੰਦਿਆਂ ਕਾਬੂ ਕਰ ਲਿਆ ਗਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪਟਿਆਲਾ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਪਟਿਆਲਾ ਦੇ ਤ੍ਰਿਪੜੀ ਇਲਾਕੇ ਦੇ ਪ੍ਰੀਤ ਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਛੱਤ ਤੇ ਇੱਕ ਸ਼ਰਾਬੀ ਚੜ ਗਿਆ ਜਿਸ ਨੂੰ ਸੰਗਤ ਦੇ ਵੱਲੋਂ ਕਾਬੂ ਕਰ ਲਿਆ ਗਿਆ ਹੈ।